खुदों को मां जवानियां मान दिए जदों डुलदा खून जवानियां दा उदों कौम दा होवे भविख रोशन हुंदा दान जदों बली दानियां दा बनदा फर्ज है कौम दे बानियां दा जालम जुल्म कमाउणगे जदों तीकर किसा चलदा रहू कुर्बानियां दा सूरा सो पहचानिए जो नरे दीन के हेत पुरजा पुरजा कट मारे कबू न छे खेत जदों दी दूर हुई तई थो निमाणी चैन पाया नी एती मार पैंदी तो कि तैनू दर्द होया नी सुनाइया जालती जिंदनी मिना है सृष्ट तेरी दा जलवा जिंद चौंदी है गुरु जी दृष्ट तेरी दा जदों दूर हुई तई थो निमाणी चैन पाया नी एती मार पैंदी तो कि तैनू दर्द होया नी सुनाइया जालती जिंदनी मिना है सृष्ट तेरी दा जलवा चिंत चौंदी है गुरु जी दृष्ट तेरी दा जाना दूर कीता तू साडिया हरकतों करके असी ता साहब जूं दे हां तेरिया बरकतों करके थकी मार के हाका की मोहगर इस्त तेरी दा जलवा चिंत चौंदी है गुरु जी दृष्ट तेरी दा दी तार टिली है तुम्बा खड़कदा क्यों नी सुटता तनश क्यों यार जन मदाने बड़कदा क्यों नी जुआ समखा गया यकला बुद्धि तारिष्ट तेरी दा जलवा चिंत चौंदी है गुरु जी दृष्ट तेरी दा आजा सोने आजा तड़फ दी जान दे बदले तड़फ दी जान दे बदले अपने बिरद दे बदले हो अपने बिरद दे बदले ही धर्म ईमान दे बदले जवानी रास दा कर्जा फिकर है किस्त तेरी दा जलवा चिंत चौंदी है गुरु जी दृष्ट तेरी दा बाद तोड़ लगिया नू निबादे तोड़ लगिया नू भुले क्यों सुखन प्यारा दा मैं ता प्रीत मां सुनिया तू पक्का यार यारा दा नगमा प्यार दा परिया पिया फारिस्त तेरी दा जलवा चिंत चौंदी है गुरु जी दृष्ट तेरी दा टप जोर ना
ਵਿੱਚ ਅਕਲ ਵੀ ਕੰਮ ਨੇ ਖਾ ਲੈ ਲੋੜਾਂ ਕਰ ਜਾਣੇ ਬੱਚੇ ਬਸ ਚੰਦ ਹੀ ਦਮ ਨੇ ਦੀਵਾਨਾ ਬਣ ਗਿਆ ਬੈਂਕਾ ਜੀ ਹਾਂ ਬੈਸਤ ਤੇਰੀ ਦਾ ਜ਼ਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਆ ਜਾ ਨਾ ਬਾਹੋ ਸ਼ਾਹ ਨਾ ਸ਼ਾਹੋ ਰਾਜਾ ਨਾ ਰਾਜ ਭਾਨਾ ਨਾ ਭਾਨ ਦੇਵਾ ਨਾ ਦੇਵ ਉਪਮਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਖਤੇ ਜਿਗਰ ਨੀਲੇ ਦੇ ਸ਼ਾਹ ਸਵਾਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਸਭ ਮਾਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਸਾਡੇ ਤੋਂ ਪਹਿਲੋਂ ਆਪ ਗੁਰਮੁਖਾਂ ਦੇ ਕੋਲੋਂ ਕੀਰਤਨ ਕਥਾ ਸਰਵਣ ਕਰ ਰਹੇ ਸੀ ਮੈਂ ਆਪਣੇ ਮਨ ਦੀ ਅਵਸਥਾ ਦੱਸਦਾ ਵੀ ਮੈਂ ਨਾ ਵੀ ਜੇ ਭਾਈ ਸਾਹਿਬ 24 ਘੰਟੇ ਵੀ ਕਥਾ ਕਰਦੇ ਰਹਿੰਦੇ ਨਾ ਤੇ ਇੰਨਾ ਰਸ ਬਣਿਆ ਵੀ 24 ਘੰਟੇ ਵੀ ਬਹਿ ਕੇ ਸੁਣ ਸਕਦੇ ਸਾਂ ਗੁਰੂ ਕਿਰਪਾ ਕਰੇ ਮੈਂ ਤੁਹਾਡੀ ਸੇਵਾ ਵਿੱਚ ਇਤਿਹਾਸ ਬਿਆਨ ਕਰਨ ਲੱਗਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਸੱਜ ਬੈਠੇ ਸਨ ਭਾਈ ਦਇਆ ਭਾਈ ਡੱਲੇ ਨੇ ਕੁਝ ਮੋਹਰਾਂ ਤੇ ਇੱਕ ਘੋੜਾ ਭੇਟ ਕੀਤਾ ਤੇ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਕਹਾਣੀ ਦਾ ਮਹਾਰਾਜ ਦੇ ਨਾਲ ਅਫਸੋਸ ਕਰਨ ਲੱਗ ਪਿਆ ਤੇ ਗੱਲ ਕਰਦਿਆਂ ਕਰਦਿਆਂ ਇੱਕ ਇਹ ਕਰ ਬੈਠਾ ਵੀ ਮਹਾਰਾਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਪੁੱਤ ਸ਼ਹੀਦ ਹੋ ਗਏ ਇਸ ਸਦਮੇ ਨੂੰ ਇਸ ਦੁੱਖ ਨੂੰ ਤੁਸਾਂ ਸਹਾਰਿਆ ਕਿਵੇਂ ਸਤਿਗੁਰੂ ਕਹਿਣ ਲੱਗੇ ਬਹਿ ਜਾ ਭਾਈ ਡੱਲਿਆ ਤੈਨੂੰ ਦੱਸਦੇ ਹਾਂ ਭਾਈ ਮਾਨ ਸਿੰਘ ਸਤਿਗੁਰਾਂ ਉੱਤੇ ਚੌਰ ਸਾਹਿਬ ਕਰ ਰਹੇ ਸੀ ਭਾਈ ਮਾਨ ਸਿੰਘਾ ਡੱਲੇ ਨੂੰ ਦੱਸਦੇ ਮੈਂ ਆਨੰਦਪੁਰ ਕਿਤਨਾ ਛੱਡਿਆ ਇਹਨੂੰ ਛੋਟਿਆਂ ਦੀ ਕਹਾਣੀ ਵੀ ਸੁਣਾ ਦੇ ਵੱਡਿਆਂ ਦਾ ਸਾਕਾ ਵੀ ਸੁਣਾ ਦੇ ਭਾਈ ਮਾਨ ਸਿੰਘ ਭਾਈ ਡੱਲੇ ਨੂੰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਹਾਣੀ ਸੁਣਾ ਰਿਹਾ ਤੇ ਕਹਾਣੀ ਸੁਣਦਿਆਂ ਸੁਣਦਿਆਂ ਭਾਈ ਡੱਲਾ ਇੰਨਾ ਬਸਮਾਦ ਵਿੱਚ ਚਲੇ ਗਿਆ ਧਰਤੀ ਤੇ ਲੀਕਾਂ ਵਾਹੀ ਆਉਂਦਾ ਤੇ ਉਹਨਾਂ ਨੂੰ ਮਟਾਈ ਆਉਂਦਾ ਲੀਕਾਂ ਵਾਹੀ ਆਉਂਦਾ ਤੇ ਉਹਨਾਂ ਨੂੰ ਮਟਾਈ ਆਉਂਦਾ ਜਦੋਂ ਕਹਾਣੀ ਸਮਾਪਤ ਹੋਈ ਸਤਿਗੁਰੂ ਕਹਿਣ ਲੱਗੇ ਡੱਲਿਆ ਤੈਨੂੰ ਪਤਾ ਲੱਗਾ ਮੈਂ ਆਪਣਿਆਂ ਬੱਚਿਆਂ ਦਾ ਆਪਣੀਆਂ ਅੱਖਾਂ ਸਾਹਮਣੇ ਦੁੱਖ ਕਿਵੇਂ ਸਹਾਰਿਆ ਆਂਦਾ ਸਤਿਗੁਰੂ ਕੋਈ ਪਤਾ ਨਹੀਂ ਲੱਗਾ ਮਹਾਰਾਜ ਕਹਿਣ ਲੱਗੇ ਜਦੋਂ ਦਾ ਤੂੰ ਧਰਤੀ ਤੇ ਬੈਠਾ ਮੈਨੂੰ ਦੱਸ ਵੀ ਕਿੰਨੀਆਂ ਲੀਕਾਂ ਧਰਤੀ ਤੇ ਵਾਹੀਆਂ ਤੇ ਕਿੰਨੀਆਂ ਮਟਾਈਆਂ ਈ ਸਤਿਗੁਰੂ ਇਹ ਵੀ ਕੋਈ ਪਤਾ ਨਹੀਂ ਲੱਗਾ ਪਤਾ ਤੈਨੂੰ ਕਿਉਂ ਨਹੀਂ ਲੱਗਾ ਲੀਕਾਂ ਤੂੰਓ ਵਾਹੀਆਂ ਨਾ ਤੇ ਤੂੰਓ ਮਟਾਈਆਂ ਤੇ ਤੈਨੂੰ ਪਤਾ ਕਿਉਂ ਨਹੀਂ ਗਾ ਆਂਦਾ ਮਹਾਰਾਜ ਜੀ ਮੈਂ ਬੱਚਿਆਂ ਦੀ ਸ਼ਹਾਦਤ ਦੀ ਕਹਾਣੀ ਸੁਣਦਿਆਂ ਸੁਣਦਿਆਂ ਇੰਨਾ ਡੁੱਬ ਚੁੱਕਾ ਸਾਂ ਕਿ ਮੈਨੂੰ ਪਤਾ ਹੀ ਨਹੀਂ ਰਿਹਾ ਵੀ ਮੈਂ ਆਪਣੇ ਹੱਥਾਂ ਪੈਰਾਂ ਦੇ ਨਾਲ ਕੀ ਕੁਝ ਕਰ ਰਿਹਾ ਸਤਿਗੁਰੂ ਕਹਿਣ ਲੱਗੇ ਡੱਲਿਆ ਇਹ ਤੇਰੇ ਸਵਾਲ ਦਾ ਜਵਾਬ ਹੈ ਤੂੰ ਸਾਨੂੰ ਪੁੱਛਿਆ ਸੀ ਵੀ ਆਪਣੇ ਬੱਚਿਆਂ ਦਾ ਤੂੰ ਆਪਣੀਆਂ ਅੱਖਾਂ ਸਾਹਮਣੇ ਦੁੱਖ ਕਿਵੇਂ ਸਹਾਰਿਆ ਜਿਤਨਾ ਕਹਾਣੀ ਸੁਣਦਿਆਂ ਸੁਣਦਿਆਂ ਤੈਨੂੰ ਕੁਝ ਪਤਾ ਨਹੀਂ ਨਾ ਰਿਹਾ ਮੈਂ ਜਿਉਂ ਅਕਾਲ ਦੀ ਦਰਗਾਹ ਤੋਂ ਤੁਰਿਆ ਮੇਰੀ ਉਸ ਪਰਮੇਸ਼ਰ ਦੇ ਨਾਲੋਂ ਇੱਕ ਮਿੰਟ ਵੀ ਲਿਵ ਨਹੀਂ ਟੁੱਟੀ ਮੈਨੂੰ ਪਤਾ ਨਹੀਂ ਰਿਹਾ ਵੀ ਕਿਹੜੇ ਵੇਲੇ ਬੱਚਿਆਂ ਦੇ ਜਨਮ ਹੋਏ ਕਿਹੜੇ ਵੇਲੇ ਉਹ ਜਵਾਨ ਹੋਏ ਤੇ ਕਿਹੜੇ ਵੇਲੇ ਸ਼ਹੀਦ ਹੋ ਗਏ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਜਿਹੜਾ ਉਹਨਾਂ ਆਪਣੇ ਖਾਲਸੇ ਨੂੰ ਬਖਸ਼ ਕੀਤਾ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ ਮੈਨੂੰ
नौजवान वीर वालों कुछ फरमायश एक दो आईया मैं वह पूरी अपने समय करने का यतन करूंगा। कलगिया वाले पातशाह महाराज जिन्हां दियां तीन शादियां कोई इतिहासकार भुलड़े कहिंदे भी महाराज की एक तो शादी वध बयान ना की जाए जिहड़ी माता जीतो जी सी वह बहुत सुंदर करके उहदा नां सुंदरी सी पर जदों इतिहास नूं वाचिया जाए जिहड़ी माता जीतो जी सी उहदा पेका घर जिहड़ा उह लाहौर विखे है जिहड़ी माता सुंदरी जी सी उहदा पेका घर हुशियारपुर दे लागे बजवाड़ा पिंड है। माता जीतो जी का अंतम संस्कार श्री आनंदपुर साहब होया माता सुंदरी जी का अंतम संस्कार वह दिल्ली में होया उन्हों का पेका घर एक नहीं उन्हों का अंतम संस्कार एक जगह पर नहीं होया। कितना मन सकते हैं सिखो गुरु की डोर साढ़े हाथ में नहीं साड़ी डोर गुरु के हाथ में है ये गुरु ने क्यों किया ये सिख का फर्ज ही नहीं बनता। तीन शादियां गुरु गोबिंद सिंह महाराज दियां माता साहब कौर जी नूं कुआरा डोला भी इतिहासकारा ने कहा। माता साहब कौर जी बाबा जोरावर सिंह ते बाबा फतेह सिंह जी नूं खड़ाया करदे सन। बाबा फतेह सिंह जी खेड रहे सी माता साहब कौर दे मन दे विच पुत्र दी रीझ उत्पन्न होई मेरा भी एक पुत्र हुंदा ते मैं भी अपनी गोद विच लै के बहिंदी पर जिन्हों असी गुरु आने ना सिखो गुरु साढ़े अंदर दियां भावना नूं जानदा है। साहब कौर का जिक्र आता एक बड़ा प्यारा शेर है हाथ जोड़ के आखिया साहब देवां हाथ जोड़ के आखिया साहब देवां खुशी चाहिदी सोडी सुल्तान दी ए करनी हुक्म दी पालना फर्ज मेरा हाथ किस्मत किस्मत हाथ जो प्रभु पर किस्मत हाथ जो बंदे दी उस भगवान दे हैं। साहब कौर ने आखिया सुनो सतगुर सोडी खुशी चाहिदी सोडी सुल्तान दी ए करनी हुक्म दी पालना फर्ज मेरा किस्मत हाथ जो इस संसार दी ए कलगी वालड़े हस के कहन लगे कलगी वालड़े हस के कहन लगे सेवा कीती दा मिलेगा मान तैनू होया की जे एक ना पुत आखू होया की जे एक ना मां आखू मां कहेगा सारा जहान तैनू। कलगी वाले पातशाह कहन लगे तेरे मन दे अंदर एक पुत्र दी रीझ प्रगट हुई आ तेरी झोली पुत्रां दे नाल भरपूर हो जाएगी ते पुत्र भी तेरी झोली विच ओह पावांगे आ दुनियावी मावां दे पुत्र जमणगे ए मरजा करनगे पर जेड़ा मैं पुत तेरी झोली च पाउण लगा ना ओहदा कदे मरन दिन नहीं आवेगा। जितना गुरु गोबिंद सिंह महाराज माता साहब कौर दी झोली विच खालसा पा के ते ओह खालसे दे गुण दस रहे आ उहना लैणा नूं तुहाडे सामने जोड़ी है इउं बयान कर रही है जी। सब तेरे पुत्र ने आजो साजी फौज अकाली दोने आवी मावा तो तेरी जगते शान नराली दोने आवी मावा तो तेरी जगते शान नराली चढ़दा लाड़ा जो सिर ते फमदी खूब दमाले पुत तेरे सेब करे नियंग सिंह चक्र दमालिया वाले पुत तेरे सेब करे नियंग सिंह चक्र दमालिया वाले तेरे पुत्र ने आजो साजी फौज अकाली दोने आवी मावा तो तेरी जगते शान नराली दोने आवी मावा तो तेरी जगते शान नराली चढ़दा लड़ा जो सिर ते फमदी खूब दमाले पुत तेरे सेब कुरे नियंग सिंह चक्र दमालिया वाले पुत तेरे सेब कुरे नियंग सिंह गोल दमालिया वाले ओ
एखा ने हीरिया दी गुंद के हार गले विच पा लै एखा ने हीरिया दी गुंद के हार गले विच पा लै हीरे जो सड़दा सागर मारियो शाले पुत तेरे सेब कुरे नेग सिंह चक्र दमालिया वाले पुत तेरे सेब कुरे नेग सिंह गोल दमालिया वाले रिश्तेदारी चो वखरा काल सपंथ प्यारा वैरी ना चल सको जहरी ना गादा फुंकारा दुश्मन ना चल सको जहरी ना गादा फुंकारा खेलत दे पुतले हर दम खाना खूनियो बाले पुत तेरे सेब करे नियंग सिंह चक्र दमालिया वाले पुत तेरे सेब करे नियंग सिंह गोल दमालिया वाले सीस धर्म हित वारे आ तेरे लांगड़े ए तजनम मरण तो बारे आ तेरे पुत सड़े ए तजनम मरण तो बारे नी बोल कोलो फिर दे मस्ती विच मत वाले पुत तेरे सेब करे नियंग सिंह चक्र दमालिया वाले पुत तेरे सेब करे नियंग सिंह गोल दमालिया वाले ओ आशिक परवाने आलई बाद शमा दे आखर बाकी बिन सिर तो लड़न वाले ए तमरे मौत तो आकी बिन सिर तो लड़न वाले ए तमरे मौत तो आकी कर नाम सिंह लखानी भी डर के अखर पौधा हले डर के अखर पौधा हले पुत तेरे सब कुरे नियंग सिंह करत मलिया वाले पुत तेरे सब कुरे नियंग सिंह गोल दमलिया वाले मैनू वड्डा काका दा पिता जी भुलदा क्यों आ संत बाबा जरनैल सिंह जी खालसा पिंडर वाले मैं गुवाहाटी दवान लाउन गया ते मैनू दसण उथों दीआं संगतां संत बाबा जरनैल सिंह इत्थे विसाखी दे दिहाड़े ते आए सन ते विसाखी दे संबंध विच श्री अखंड पाठ साहिब आरंभ करना सी ते उथों दे जिहड़े ग्रंथी सिंह उहनां ही करना सी ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਆ ਕੇ ਬਹਿ ਗਏ ਨਾ ਤੇ ਜਿਹੜਾ ਅਰਦਾਸੀਆ ਸੀ ਉਹ ਅਰਦਾਸ ਭੁੱਲੀ ਜਾਵੇ ਜਦੋਂ ਸ੍ਰੀ ਜਪਜੀ ਸਾਹਿਬ ਆਰੰਭ ਪੜ੍ਹਨ ਲੱਗੇ ਉਹ ਜਪਜੀ ਸਾਹਿਬ ਭੁੱਲੀ ਜਾਵੇ ਤੇ ਜਿਹਨੇ ਮੇਰੇ ਵਰਗੇ ਨੇ ਪ੍ਰਸ਼ਾਦ ਵਰਤਾਉਣਾ ਸੀ ਨਾ ਮੁੜ ਕੇ ਉਹ ਜਿਹੜੀ ਕੌਲੀ ਸੀ ਨਾ ਉਹ ਥਾਲੀ ਦੇ ਵਿੱਚੋਂ ਥੱਲੇ ਡਿੱਗ ਪਈ ਤੇ ਸੋ ਉੱਥੋਂ ਦੀ ਕਮੇਟੀ ਕਹਿਣ ਲੱਗੀ ਬਾਬਾ ਜੀ ਖੰਡ ਪਾਠ ਸਾਹਿਬ ਹੀ ਰੱਖੋ ਤੇ ਆਪ ਹੀ ਕਰੋ ਇਹਨਾਂ ਦੇ ਵੱਸ ਕੁਝ ਨਹੀਂ ਗਾ ਜਦੋਂ ਆਪਣੇ ਤੋਂ ਵਿਦਵਾਨ ਅੱਗੇ ਬੈਠੇ ਹੋਣ ਨਾ ਬੜਾ ਬੋਲਣਾ ਮੁਸ਼ਕਲ ਹੋ ਜਾਂਦਾ ਮੈਂ ਇੱਕ ਛੋਟਾ ਜਿਹਾ ਕਵੀਸ਼ਰ ਹਾਂ ਇਹ ਤੁਹਾਡੀਆਂ ਅਸੀਸਾਂ ਮੈਂ 5 ਕੁ ਪੜ੍ਹਿਆ ਤੇ ਮੈਨੂੰ ਤੁਸੀਂ ਐਮਏ ਬੀਡੀ ਵਾਲੇ ਸੁਣ ਰਹੇ ਜੇ ਮੈਂ ਆਪਣੇ ਚੰਗੇ ਭਾਜ ਸਮਝਦਾ ਗੁਰੂ ਕਿਰਪਾ ਕਰੇ ਮੈਂ 11 ਸਾਲ ਭਾਈ ਜੰਗਵੀਰ ਸਿੰਘ ਜੀ ਡਰਾਈਵਰੀ ਕੀਤੀ ਆ ਮੈਂ ਬੜਾ ਛੋਟਾ ਜਿਹਾ ਕਵੀਸ਼ਰ ਹਾਂ ਸਤਿਗੁਰੂ ਕਿਰਪਾ ਕਰੇ ਇੱਕ ਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੱਥੇ ਉਹਨਾਂ ਦੇ ਧੜ ਦਾ ਸਤਿਕਾਰ ਹੋਇਆ ਸਾਨੂੰ ਉੱਥੇ ਪ੍ਰਬੰਧਕ ਜਨਾਂ ਨੇ ਸੱਦ ਲਿਆ ਇਹਨਾਂ ਨੂੰ ਬੜਾ ਮਾਣ ਸੀ ਵੀ ਖਨੀ ਅਸੀਂ ਕੀ ਖੋ ਜਾ ਕੇ ਖੂਹ ਪੁੱਟ ਦੇਣਾ ਮਾਣ ਵਿੱਚ ਆ ਕੇ ਸੱਚ ਕਰਕੇ ਜਾਣਿਓ ਇਹਨਾਂ ਦੀ ਆਵਾਜ਼ ਹੀ ਨਹੀਂ ਨਿਕਲੀ ਪਿੱਛੋਂ ਸਟੇਜ ਤੋਂ ਚੋਰੀ ਨਿਕਲ ਗਈ ਇਹ ਗੁਰੂ ਜਿਹੜਾ ਨਾ ਇਹ ਮਾਣ ਨਹੀਂ ਕਿਸੇ ਦਾ ਰਹਿਣ ਦਿੰਦਾ ਇੱਥੇ ਉਹ ਆ ਕੇ ਸਿੱਖਣਾ ਗੁਰੂ ਕਿਰਪਾ ਕਰੇ ਮੈਨੂੰ ਹੁਕਮ ਹੋਇਆ ਸੰਤ ਬਾਬਾ ਜਰਨੈਲ ਸਿੰਘ ਦੀ ਵਾਰ ਜਿਹੜੀ ਕੱਲ ਕਹੀ ਸੀ ਉਹ ਦੁਬਾਰਾ ਕਹੀ ਜਾਵੇ ਵਾਰ ਵਾਰ ਸੰਗਤਾਂ ਵੱਲੋਂ ਹੁਕਮ ਆਇਆ ਸਤਿਗੁਰੂ ਕਿਰਪਾ ਕਰੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜੀਵਨ ਪੜ੍ਹ ਕੇ ਵੇਖੀਏ ਤੇ ਮਨ ਹੈਰਾਨ ਰਹਿੰਦਾ ਹੈ ਕਿ ਉਹਨਾਂ ਦਾ ਗੁਰੂ ਉੱਤੇ ਕਿੰਨਾ ਭਰੋਸਾ ਸੀ ਉਹਨਾਂ ਦੇ ਸਪੁੱਤਰ ਈਸਰ ਸਿੰਘ ਬਿਮਾਰ ਹੋ ਗਏ ਛੋਟੇ ਵੱਡੇ ਭਚੰਗੀ ਉਹਨਾਂ ਦੇ ਭਤੀਜੇ ਜਸਵੀਰ ਸਿੰਘ ਰੋਡੇ
आंदे अद्धी रात हुई पचंगी नूं तकलीफ हुई ते कहण लगे जसबीर सिंह चाले नूं किसे वैद कोल लैके चलीए। ए भाई जसबीर सिंह दे बोले बचन मैं तुहाडे नाल सांझे कर रहा आंदा मैं क्या अद्धी रात हुई आ ते अद्धी रात किहड़े वैद कोल लैके जाणा। पचंगी नूं चुकिया ते श्री गोंदवाल साहब आ गए 84 पौड़ियां बौली साहब थले उतर गए ते कहण लगे जसबीर सिंह पचंगी नूं 5 वारा बौली च इशनान करा दे। आंदा मैं क्या चाचा जी एदा ते इन्ना शरीर गर्म होया इन्ना ताप तेज आ पिए मेरे शरीर नूं भी गर्म करी आउंदा किते होर ना कोई घटना वापर जे। आंदे फिर उन्हां दूजी गल नहीं कीती मेरे कुछड़ों पचंगी नूं ला लिया 5 वारा बौली इशनान करके ते मैनूं आंदे भी जा बाहर लै जा उन्हां। ओ आंदा मैं पौड़ियां चढ़दा जा रहा सां ते बुखार उतरदा जा रहा सी। उन्हां दा गुरु उत्ते किन्ना भरोसा सी संत बाबा जरनैल सिंह जी खालसा पिंडरां वाले जदों किते ओ चमकौर साहब दे लाके च आया करदे सी ना ते चमकौर दी गड़ी दे ओ दर्शन करन तों बिना वापस नहीं सी मुड़िया करदे। एक दिन तीर दी नोक दे नाल दस रहे सी इत्थे बाबा अजीत सिंह शहीद होया सी इत्थे बाबा जुझार सिंह शहीद होया सी इत्थे भाई मोहकम सिंह ते उत्थे भाई साहब सिंह ने पुछ लिया महापुरशो दो तुसी किथे सी। फिर ओ गल नूं वल गए आंदे नहीं नहीं इत्थे वड्डे महापुरश क्या करदे सी कहण तों भाव कि ओ इक पुरातन रूह सी जिन्ना चमकौर दी गड़ी दा साका एक रां फिर ताजा करके विखाया। संत बाबा जरनैल सिंह जी खालसा पिंडरां वाले एक माई महापुरशां दे कोल आ गई कहण लगी बाबा जी मैं अपना पुत्र तुहाडा संगी बनाउणा चाहुंदी हां। उन्हें आख्या माई उन्हें आख्या संगी मैं बनाउणा चाहुंदी हां। महापुरश कहण लगे भी इत्थे लंगड़ा भी प्रवान आ इत्थे अन्ना भी प्रवान आ अन्ना जिहड़ा ओ भांडे मांजी ओ लंगड़ा जिहड़ा अगड़ा ही आऊगा गुरु का लंगर पकदा रहूगा। उन्हें माई ने आख्या बाबा जी ना तो मेरा पुत्र लंगड़ा है तो ना अन्ना जी मैं तुहाडा संगी बनाउणा चाहुंदी हां। संतां ने आख्या असी वह अपने जथे ज सिंह भर्ती करते हैं जेड़ा सी आर पी दियां खुचां च लत मार के तो को स्टेन जां बंदूक हो के लिया माई तो उथे चुप कर गई। भाई मथुरा सिंह बैठा सी विच चौड़े मथरे ते रहण वाला उन्हें आख्या बाबा जी हुक्म मैनू करो ये काम मैं करके आना। लंगर दियां पौड़ियां तो थले उतर गया सी आर पी की भीड़ लगी सी एक दियां खुचां च जट ने लत मारी स्टेन खो के ते संतां दे कोल आ गया। संतां ने जिद्दे जकारे छड्डे उन्हें आख्या सानू इह जे सिंह चाहीदे आ। संत बाबा जरनैल सिंह जी खालसा पिंडरां वाले 500 दे विचों 475 केस सिंघां दे संत बाबा जरनैल सिंह जी लिया करदे सी। उस वेले दे वड्डे वड्डे खब्बी खान जिहड़े आ एक बीरे नाम का बदमाश होया बीरे नाम का 15-20 गुंडे उहदे नाल बंदूकां वाले हर टाइम रहिंदे सी कब्जे लैणे ते कब्जे छडाउणे उहदा काम सी। शहीद भाई कुलवंत सिंह नूं बड़ी बेरहमी दे नाल शहीद कीता संतां ने उहदा संस्कार आप कीता सी। सरकारी बंदिआं ने आख्या वीरिया इहदी पैड़ी ते काबज हो जा तैनूं सस्ती दे दिंदे आ। जदों संतां नूं पता लगा उदों इक मोगे दे उह कालज विच ठहरे होए सन संतां ने आख्या पहलों तो असीं बेनती करदे आं भी शहीद दी पैड़ी ते कोई बंदा काबज ना होवे ते जिन्हें काबज होना ना फिर उह होयो जिहड़ा अपनी मां दी कुख चों दो सिर लैके पैदा होया इक ते उहदा असीं वढ ही देना। ओ वीरे नूं भजदे नूं राह नहीं सी लब्भे संत बाबा जरनैल सिंह खालसा पिंडरां वाले एक बचन क्या करदे सी जे तुहानूं कोई बाणा पा के अमृत छाके ठेके ते शराब पींदा मिल जे ना ते मिट्टी दा तेल उत्ते सुट के ते अग ला दिओ बाकी दा कम मैं संभालूंगा। जे तुहानूं कोई गुरु ग्रंथ साहिब दे गुरु पंथ दे खिलाफ उच्ची आवाज उठाउंदा सुणीदा ना ते लत्तां गोडियां तों थल्लियों वढ के ते वेणी च सुट दिओ बाकी दा कम मैं संभालूंगा। संत बाबा जरनैल सिंह जी उहनां दा किहो जिहा रोब सी समें दीआं सरकारां उहनां दे कोलों कितना थरियर थरियर कंबदीआं सन ਉਹਨਾਂ ਦੀ ਚੜ੍ਹਤ ਉਹਨਾਂ ਦਾ ਰੋਬ ਤੁਹਾਡੇ ਸਾਹਮਣੇ ਜੋੜੀ ਕਵਿਤਾ ਪੇਸ਼ ਕਰ ਰਹੀ ਹੈ ਗੰਨਾ ਸੀਸਿਆਂ ਚੋਂ ਦਿਸਣ ਬਾਹਰ ਭਾਈ ਉਹਨਾਂ ਨਾਲ ਕਿਹੋ ਕਿਹੋ ਜਿਹੇ ਜਜਾਰੂ ਜੋਧੇ ਰਿਹਾ ਕਰਦੇ ਸੀ
सिखो जो काल चो मुंडे निकलते सी ना जितना ऐ लगता जितना बब्बर शेर जंगल चो निकले हो संत बाबा जरनैल सिंह जी खालसा पिंडरां वाले जिधर नूं तरे जांदे सी सिखी दा बीज बीजदे जांदे सी संत बाबा जरनैल सिंह जी उन्हां दी चढ़त उन्हां दा रोब कविता विच जोड़ी है इउं बयान कर रही है जी तुरे मित्यो अमृत सर वल नूं बब्बर शेर ते साथी कुछ नाल वीरो लैश शस्त्र दे नाल फबदे सी जगो वखरी चढ़त कमाल वीरो पंछी दे रब तों डरदी सरकार कंबे पिंडरां वाला सीस वार पाई जांदी छूकदी कार जजारुआं दी कन्ना शीशिया चो दिसण पार पाई जागत ते लम्मिया हन बावा अग जोश दी नैणा विच भड़कदी है तकड़े हाकमां दा संग प्या सुका बिजली मौत दी ओना सिर कड़कदी है चौदवी दमदमी संसदा दा कहनी करनी दा पूरा जते तार पाई जांदी छूकदी कारज जारुआं दी ਕੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ ਪਾਈ ਓ ਕੀਤੇ ਬਚਨਾ ਤੇ ਤਿੜ ਰਹਿਣ ਸੂਰੇ ਵੈਰੀ ਕੁਫਰ ਦੇ ਤੇ ਹਾਮੀ ਸੱਚ ਦੇ ਨੇ ਜੋੜਾ ਸੱਚ ਲਈ ਮਰਨ ਖਾਤਰ ਲੜ ਪੈਣ ਤੇ ਤੇਗਾਂ ਤੇ ਨੱਚਦੇ ਨੇ ਅੰਮ੍ਰਿਤ ਧਾਰੀ ਪਰ ਤੱਖ ਨਟਣ ਚਾਹੁੰਦੇ ਕਲਗੀ ਵਾਲੇ ਦੇ ਸਿੰਘ ਸਰਦਾਰ ਪਾਈ ਚਾਂਦੀ ਛੂਕਦੀ ਕਾਰਜ ਜਾਰੂਆਂ ਦੀ ਕੰਨਾ ਸ਼ੀਸ਼ਿਆਂ ਚੋਂ ਦਿਸ ਬਾਹਰ ਪਾਈ ਓ ਪੁੱਲੜ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ ਛੇਵੇਂ ਗੁਰਾਂ ਨੇ ਕੀਤਾ ਸਦਾਤ ਲਾਗੂ ਸ਼ਸਤਰ ਰੱਖੇ ਤੇ ਨਾਂ ਸਤਕਾਰ ਰੱਖੇ ਤਖਤ ਰਚਿਆ ਚੰਗੀ ਫੌਜ ਰੱਖੀ ਰੋਕਣ ਵਾਸਤੇ ਅਤਿਆ ਚਾਰ ਪਾਈ ਚਾਂਦੀ ਛੂਕਦੀ ਕਾਰਜ ਜਾਰੂਆਂ ਦੀ ਕੰਨਾ ਸ਼ੀਸ਼ਿਆਂ ਚੋਂ ਦਿਸ ਬਾਹਰ ਪਾਈ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਰਾਜ ਕੀਤਾ ਤੇ ਖਾਲਸੇ ਰਾਜ ਕਰਨਾ ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ ਚੁੱਕਣ ਵਾਲਿਆਂ ਨਾਲ ਲਿਹਾਜ ਕਰਨਾ ਪਤਾ ਲੱਗੇ ਜਦ ਖਾਲਸਾ ਆ ਰਿਹਾ ਹੈ ਨਾਕਾ ਛਣ ਲੁਗਦੇ ਠਾਣੇ ਤਾਰ ਪਾਈ ਚਾਂਦੀ ਕਾਰਜ ਜਾਰੂਆਂ ਦੀ ਕੰਨਾ ਸ਼ੀਸ਼ਿਆਂ ਚੋਂ ਦਿਸ ਬਾਹਰ ਪਾਈ ਓ ਸਾਥੀ ਸੋਟੀ ਤੇ ਪਾਈ ਅਮਰੀਕ ਸਿੰਘ ਜੀ ਅੱਠੋਂ ਪੈਰ ਹੀ ਬਾਬੇ ਦੇ ਨਾਲ ਰਹਿੰਦੇ ਕਮਲ ਸਿੰਘ ਵਰਗੇ ਗੈਰਤਮੰਦ ਸੂਰੇ ਵੈਰੀ ਜ਼ੁਲਮ ਦੇ ਸਬਰ ਦੀ ਟਾਲ ਰਹਿੰਦੇ ਅਮਰ ਜੀ ਸਿਆ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਪਾਈ ਜਾਂਦੀ ਛੂਕਦੀ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਨਾ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਬਿਬਤਾ ਹੱਸ ਕੇ ਕੌਮ ਜੋ ਜਰ ਜਾਂਦੀ ਸਿਰ ਦੇ ਸਰਦਾਰ ਕਹਾਏ ਆਪਾਂ ਤਾਂਓ ਸਿਰੀ ਦਸਤਾਰਾਂ ਇਹ ਸੋਹਣੀਆਂ ਨੇ ਤੇ ਸਿਰ ਵਾਰਨੋ ਸਿੰਘ ਨੀ ਮੂਲ ਡਰਦੇ ਤਾਂਓ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੱਖੋ ਉਹਨਾਂ ਦਾ ਜੀਵਨ ਪੜੀਏ ਤੇ ਮਨ ਹਾਰ ਰਹਿੰਦਾ ਹੈ ਗੁਰੂ ਤੇ ਕਿੰਨਾ ਭਰੋਸਾ ਸੀ ਜਿਹੜਾ ਉਹਨਾਂ ਦੇ ਸੰਗੀ ਸਨ ਭਾਈ ਗੁਰਸ਼ਰਨ ਸਿੰਘ ਜੀ ਦੱਸ ਰਹੇ ਮੇਰੇ ਸਹੁਰੇ ਪਰਿਵਾਰ ਦਾ ਬੜਾ ਉਹਨਾਂ ਦੇ ਨਾਲ ਪਿਆਰ ਸੀ ਤੇ ਹਰ ਰੋਜ਼ ਕੱਪੜੇ ਉਹਨਾਂ ਦੇ ਬਸਤਰ ਧੋ ਕੇ ਲਿਆਇਆ ਕਰਦੇ ਸੀ ਜਦੋਂ ਪੁਲਿਸ ਦਾ ਜਦੋਂ CRP ਦਾ ਕਰੜਾ ਪਹਿਰਾ ਹੋ ਗਿਆ ਨਾ ਉਹਨਾਂ ਬੇਨਤੀ ਕੀਤੀ ਬਾਬਾ ਜੀ ਆਉਣਾ ਬੜਾ ਮੁਸ਼ਕਲ ਆ ਤੇ ਮਹਾਂਪੁਰਸ਼ ਕਹਿਣ ਲੱਗੇ ਸੁਖਮਣੀ ਸਾਹਿਬ ਦਾ ਜਾਪ ਕਰਦੇ ਹੋਣਾ ਤੁਹਾਨੂੰ ਕੋਈ ਨਹੀਂ ਰੋਕੇਗਾ ਅੰਤਲੇ ਸਮੇਂ ਤੱਕ ਉਹ ਉਹਨਾਂ ਦੀ ਸੇਵਾ ਬਸਤਰਾਂ ਦੀ ਕਰਦੇ ਰਹੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ
सिखो जो चंदोकरा 8000 का घेरा पिया सी संत बाबा जरनैल सिंह जो ओदे विचों निकल के गए ना भाई बख्शीश सिंह जी इनान कर रहे सी ते भाई बख्शीश सिंह ने जदों महापुरशां नूं वेख्या ना ते महापुरशां नूं बेनती की महापुरशो एडे करड़े घेरे चो तुसी निकल कितना आए आंदे संतां दीआं अखां विचों जार जार नीर जा रहा सी ते कहण लगे भाई बख्शीश सिंह हुण ते सिर ते आरा चलदा होए ते मूंह जपजी साहब निकलदा होए ते संगतां वेखण मैनूं मेनू नहीं पता कलगिया वाले पातशाह मेनू उस घेरे चो कितना कढ के लिया तो गुरु कृपा करे 30,000 दे घेरे चो बंबे चो निकले ते जदों आखरी कथा कीती ना उदों ना चमकौर दी गड़ी वाला सारा साका सीन चेते कराया ते आख्या भी सवेरे सी चले जाना पाव के एक एक बंदे उते 8-8 CID वाले छड़े हुए सी चैलेंज करता भी सवेरे सी चले जाना सतगुरु कृपा करे उस घेरे चो ही निकले संत बाबा जरनैल सिंह जी खालसा पिंडरां वाले मैं उन्हां दा जिहड़ा जन्म सी उन्हां दे नानके पिंड गढ़ विच होया मैं उत्थे दीवान ला के आया मैनूं उह नगर वाले दसदे भी इत्थे इक पखंडी साध हुंदा सी पखंडी साध ते काम इहो जिहा करदा सी जदों पोह माघ दे दिन आउंदे सी ना ਉਦੋਂ ਬੀਬੀਆਂ ਨੂੰ ਹੁੰਦਾ ਸੀ ਵੀ ਘੜੇ ਪਾਣੀ ਦੇ ਠੰਡੇ ਦੇ ਭਰ ਕੇ ਲਿਆਓ ਤੇ ਮੇਰੇ ਸਿਰ 'ਚ ਪਾਓ ਤੇ ਜਦੋਂ ਹਾੜ ਦੇ ਦਿਨ ਆਉਣੇ ਜੇਠ ਹਾੜ ਦੇ ਉਦੋਂ 4 ਸਵੇਰੇ ਆਖਣਾ ਵੀ ਮੇਰੇ ਦੁਆਲੇ ਪਾਥੀਆਂ ਲਾ ਦਿਓ ਉਹਦੇ ਵਿੱਚ ਬਹਿ ਕੇ ਉਹ ਤਪ ਕਰਦਾ ਸੀ ਸੰਤ ਬਾਬਾ ਜਰਨੈਲ ਸਿੰਘ ਨਾਲ ਕਿਤੇ ਉੱਧਰ ਦੀਵਾਨ ਸੀ ਮਹਾਂਪੁਰਸ਼ਾਂ ਨੂੰ ਉਹਨਾਂ ਦੇ ਸੰਗੀ ਨੇ ਦੱਸਤਾ ਵੀ ਤੁਹਾਡੇ ਨਾਨਕੇ ਪਿੰਡ 'ਚ ਇਹੋ ਜਿਹਾ ਇੱਕ ਪਖੰਡੀ ਆਇਆ ਇਹੋ ਜਿਹੇ ਕੰਮ ਕਰਦਾ ਆਉਂਦੇ ਫਿਰ ਤੇ ਉਹਨੂੰ ਜ਼ਰੂਰ ਉਹਦੇ ਦਰਸ਼ਨ ਕਰਨੇ ਚਾਹੀਦੇ ਆ ਉਸ ਪਖੰਡੀ ਨੂੰ ਆਂਦੇ ਪਹਿਲਾਂ ਪਤਾ ਲੱਗ ਗਿਆ ਵੀ ਸਵੇਰੇ ਬਾਬਾ ਜਰਨੈਲ ਸਿੰਘ ਨੇ ਤੈਨੂੰ ਮਿਲਣ ਆਉਣਾ ਮੈਨੂੰ ਉਹ ਨਗਰ ਦੇ ਦੱਸਣ ਲੋਕ ਵੀ ਇੱਥੇ ਘੜੇ ਹੀ ਘੜੇ ਰਹਿ ਗਏ ਸੀ ਬਾਬਾ ਪਤਾ ਨਹੀਂ ਕਿਧਰ ਨੂੰ ਗਿਆ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਉਸ ਵੇਲੇ ਜਿਹੜੇ ਆ ਧਾਗੇ ਤਵੀਤ ਦੇਣ ਵਾਲੇ ਬਾਬੇ ਸੀ ਨਾ ਉਹਨਾਂ ਨੇ ਮੂੰਗਫਲੀ ਦੀਆਂ ਰੇਹੜੀਆਂ ਲਾ ਲਈਆਂ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੋਂ ਕਵਿਤਾ ਮੈਨੂੰ ਹੁਕਮ ਹੋਇਆ ਨੌਜਵਾਨਾਂ ਨੂੰ ਮੈਂ ਲੈਕਚਰ ਜ਼ਿਆਦਾ ਲੰਮਾ ਨਾ ਕਰਾਂ ਜਾਗੋ ਦਾ ਹੁਕਮ ਹੋਇਆ ਜਾਗੋ ਕਿੱਥੇ ਕਿੱਥੇ ਗਈ ਤੇ ਜਾਗੋ ਨੇ ਕੀ ਕਾਰੇ ਕੀਤੇ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰ ਰਹੀ ਹੈ ਕਵਿਤਾ ਦੀਆਂ ਆਖਰੀ ਲੈਣਾ ਇਉਂ ਬਿਆਨ ਕੀਤੀਆਂ ਜਾ ਰਹੀਆਂ ਸਿੰਘਾ ਜਾਗ ਬਈ ਹੁਣ ਜਾਗੋ ਆਈਆਂ ਗੁਰੂ ਆਈਆਂ ਸੰਤਾਂ ਨੇ ਨਿਉ ਕਰਕੇ ਕਲਾਈਆਂ ਮੋਟਰਸਾਈਕਲ ਵਾਲੀਆਂ ਨੇ ਫੜ ਮਗਰ ਬਿਠਾਈਆਂ ਤਾਰੀ ਗੁਰ ਬਚਨਾ ਪਾਪੀ ਤੇ ਜਾਗੋ ਨੇ ਬੁੜਕਾਤਾ ਨਰਕ ਤਾਰੀ ਗੁਰ ਬਚਨਾ ਪਾਪੀ ਤੇ ਜਾਗੋ ਨੇ ਬੁੜਕਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਤੇ ਗੋਲੀਆਂ ਮਾਰ ਉਡਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਤੇ ਗੋਲੀਆਂ ਮਾਰ ਉਡਾਤਾ ਗੁਰੂ ਬਣ ਬੈਠਾ ਸੀ ਜੋ ਉਸਦੀ ਅਣਖ ਮੁਕਾਈਆਂ ਬਈ ਹੁਣ ਜਾਗੋ ਆਈਆਂ ਉਤਰੋਂ ਆਈਆਂ ਸੰਤਾਂ ਨੇ ਨਿਉ ਕਰਕ ਕਲਾਈਆਂ ਮੋਟਰਸਾਈਕਲ ਵਾਲੀਆਂ ਨੇ ਫੜ ਮਗਰ ਬਿਠਾਈਆਂ ਦੂਜਾ ਨੰਬਰ ਇਸ ਜਾਗੋ ਰਾਣੀ ਤੇ ਲਾਲਾ ਜੀ ਦਾ ਲਾਇਆ ਦੂਜਾ ਨੰਬਰ ਇਸ ਜਾਗੋ ਰਾਣੀ ਤੇ ਲਾਲਾ ਜੀ ਦਾ ਲਾਇਆ ਹੁਣ ਸਿੰਘਾਂ ਦੇ ਯਾਰ ਗਲੱਚੇ ਤੇ ਉਸ ਨੂੰ ਮਾਰ ਮੁਕਾਇਆ ਸਿੰਘਾਂ ਦੇ ਸ਼ਹਿਰ ਗਲੱਚੇ ਤੇ ਉਸ ਨੂੰ ਮਾਰ ਮੁਕਾਇਆ ਲੁਧਿਆਣੇ ਦੇ ਲਾਗੇ ਲੁਧਿਆਣੇ ਦੇ ਲਾਗੇ ਸਿੰਘਾਂ ਨੇ ਜਾਗੋ ਆਣ ਮਲਾਈਆਂ ਬਈ ਹੁਣ ਜਾਗੋ ਆਈਆਂ ਉਤਰੋਂ ਆਈਆਂ ਸੰਤਾਂ ਨੇ ਨਿਉ ਕਰਕ ਕਲਾਈਆਂ ਉਹ ਮੋਟਰਸਾਈਕਲ ਵਾਲੀਆਂ ਨੇ ਫੜ ਮਗਰ ਬਿਠਾਈਆਂ ਪਤਨੀ ਘਰ ਕੋਲ ਜਾਗੋ ਪਹੁੰਚੀ ਤੇ ਛੇਤੀ ਪੰਦ ਮੁਕਾ ਕੇ ਪਤਨੀ ਕਣ ਕੋਲ ਜਾਗੋ ਪਹੁੰਚੀ ਤੇ ਛੇਤੀ ਪੰਦ ਮੁਕਾ ਕੇ ਮੱਖਣ ਕਰਦਾ ਨਿਤ ਵਧੀਕੀ ਤੇ ਖੜੀ ਸਰਾਣ ਆ ਕੇ ਮੱਖਣ ਕਰਦਾ ਨਿਤ ਵਧੀਕੀ ਤੇ ਖੜੀ ਸਰਾਣ ਆ ਕੇ ਹੋਲਦਾਰ ਦੇ ਚੁੱਕ ਤੇ ਚਾਂਟੇ ਤੇ ਉਸ ਦੀ ਅੱਖ ਮਕਾਈਆਂ ਬਈ ਹੁਣ ਜਾਗੋ ਆਈਆਂ ਉਤਰੋਂ ਆਈਆਂ ਸੰਤਾਂ ਨੇ ਨਿਉ ਕਰਕ ਕਲਾਈਆਂ ਮੋਟਰਸਾਈਕਲ ਵਾਲੀਆਂ ਨੇ ਫੜ ਮਗਰ ਬਿਠਾਈਆਂ DSP ਗੋਲੇ ਬਚਨਾ
गोदी पै गया सपिंगर बजना पापी ते नजर चोदी पै गया आप मरना सी पापी ने ते टब्बर लेके बह गया आप मरना सी पापी ने ते टब्बर लेके बह गया तिया पुत्र सने वाइफ दे पुत्र सने वाइफ दे ते जग करी सफाइया भई हुण जग आईया नहीं रखी जाएगी। गुरु के सिखो रहमत करे पातशाह रहमत करन किन्ना उन्हां दा गुरु ते भरोसा सी साडा भी भरोसा उन्ना ही गुरु ते बजे जिन्ना संत बाबा जरनैल सिंह जी दा सी। सरकारां ने बड़े लालच दे चोगे पाए पर संत बाबा जरनैल सिंह ने चुगया ना किन्ने किन्ने डालर उन्हां नूं दे रहे सी किथे किथे उन्हां नूं सारे यूरोप जिथे तुसी मर्जी रह सकते जे तानू मुख मंत्री भी बना दिता जाऊगा पर सिखो संत बाबा जरनैल सिंह जी किसे लोल चुचा के ओ थिड़के नहीं। गुरु महाराज दे पूर्ण सिख सन गुरु कृपा करे आओ इतनी सेवा प्रवान करनी कोटान कोट धन्नवाद गुरु ग्रंथ साहब जी का गुरु की संगतां दा संगतां कह रही मैनू लम्मा समा आ गया ते सारा गर्मो गर्मी मैनू 19 तरीक का आया तो कोई भी यह जी स्टेज नहीं जिथे गर्म प्रचार नहीं किया गर्मी बीरस दियां वारा सुनते रहे नौजवान तो शरीर तो असकर शरीर है ना सर कोई ढाडा ना कोई सानगी है ना कोई वाजा इस करके गले के नाल गाउणा जिहड़ा वो गुरु कृपा कर दियां सीसा वा तो एक कविता हुण खेला साहब ने बड़ी खेचल करके इन्हां जथे नूं बुलाया
ਆਂਦਾ ਅਸੀਂ ਅਟੇ ਸਟੇ ਇੰਨੀਆਂ ਜਥਿਆਂ ਨੂੰ ਸੱਦ ਲਿਆ ਵੀ ਅੱਧਿਆਂ ਦੇ ਲੱਗ ਜਾਣਗੇ ਵਜੇ ਤੇ ਅੱਧਿਆਂ ਦੇ ਨਹੀਂ ਲੱਗਣੇ। ਆਂਦਾ ਵੀ ਬਾਬਾ ਕਰਤਾਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਇਹੋ ਜਿਹੀ ਕਿਰਪਾ ਹੋਈ ਸਾਰਿਆਂ ਤੇ ਠੱਪੇ ਲੱਗ ਗਏ, ਇੱਕ ਵੀ ਜਥੇ ਨੂੰ ਜਿਹੜਾ ਉਹ ਨਕਾਰ ਨਾ ਨਹੀਂ ਕੀਤੀ, ਸਾਰਿਆਂ ਦੇ ਵਜੇ ਲੱਗ ਗਏ ਤੇ ਸਾਰੇ ਹੀ ਆਏ ਆ, ਸਾਰਿਆਂ ਦੀ ਉਹਨਾਂ ਸੇਵਾ ਕੀਤੀ ਆ। ਸਤਿਗੁਰੂ ਕਿਰਪਾ ਕਰੇ, ਮੈਂ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਕਵਿਤਾ ਹੁਣ ਲੈਕਚਰ ਆਪਣਾ ਆਪ ਕਰੇਗੀ। ਜਿਨ੍ਹਾਂ ਨੇ ਖਾਲਸੇ ਪੰਥ ਦੇ ਨਾਲ ਵਧੀਕੀਆਂ ਕੀਤੀਆਂ ਨਾ, 21 ਦੇ 51 ਕਰਕੇ ਮੋੜੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਜੀ ਆਪਣੀ ਜੁਰਤ ਆਪਣੇ ਖਾਲਸੇ ਵਿੱਚ ਇਹੋ ਜੀ ਜੁਰਤ ਭਰ ਦਿੱਤੀ। ਜਿਹਨੇ 5 ਕੁੱਟ ਛਕ ਲਏ ਉਹਨੇ ਫਿਰ ਮੌਤ ਨੂੰ ਮਜ਼ਾਕਾਂ ਕੀਤੀਆਂ। ਅਬਦਾਲੀ ਆਪਣੀ ਕਲਮ ਨਾਲ ਲਿਖਦਾ ਵੀ ਸਿੰਘ ਇੱਕ ਲੋਹੇ ਦਾ ਕਿਲਾ, ਸ਼ਾਇਦ ਇਹਨਾਂ ਨੂੰ ਕੋਈ ਤਾਕਤ ਤੋੜਨ ਵਿੱਚ ਕਾਮਯਾਬ ਹੋ ਸਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਬਹਾਦਰ ਖਾਲਸਾ ਸਾਜਿਆ, ਉਹ ਜਿਹਨੇ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖਾਲਸੇ ਦਾ ਮੈਂ ਜ਼ਿਕਰ ਇੱਕ ਕਵਿਤਾ 'ਚ ਪੇਸ਼ ਕਰਨ ਲੱਗਾ। ਮੈਨੂੰ ਪਿੱਛੇ ਜੇ ਫਰਾਂਸ ਵਿੱਚ ਇੱਕ ਗੁਰਦਾਸਪੁਰ ਦਾ ਸਿੰਘ ਸੀ, ਉਹਨੇ ਦੱਸਿਆ ਆਂਦਾ ਜੁਝਾਰੂ ਸਿੰਘ ਸਣ ਕੇ ਸੀ ਇਸ਼ਨਾਨ ਕਰਕੇ ਤੇ ਕਿਸੇ ਹਵੇਲੀ 'ਚ ਕੇਸ ਹਰੇ ਕਰ ਰਹੇ ਸੀ ਤੇ ਪਿੱਛਿਓਂ ਆਂਦੇ ਵੀ CRP ਦੀ ਧਾੜ ਆ ਪਈ। ਸਿੰਘ ਜਦੋਂ ਹਵੇਲੀ ਦੀ ਕੰਧ ਟੱਪਣ ਲੱਗੇ ਨਾ, ਇੱਕ ਸਿੰਘ ਦਾ ਕੰਘਾ ਡਿੱਗ ਪਿਆ ਤੇ ਜਦੋਂ ਕੰਘਾ ਡਿੱਗ ਪਿਆ ਨਾਲ ਦੇ ਆਖਿਆ ਤੇਰਾ ਕੰਘਾ ਡਿੱਗ ਪਿਆ, ਉਹਨੇ ਆਖਿਆ ਖਲੋ ਜਾ ਮੈਂ ਕੰਘਾ ਲੈ ਕੇ, ਉਹਨੇ ਆਖਿਆ ਆ ਜਾ ਹੁਣ CRP ਆ ਗਈ ਆ, ਉਹਨੇ ਆਖਿਆ ਨਹੀਂ ਗੁਰੂ ਦੀ ਨਿਸ਼ਾਨੀ ਨਹੀਂ ਛੱਡਣੀ। ਜਦੋਂ ਵਾਪਸ ਕੰਧ ਟੱਪ ਕੇ ਕੰਘਾ ਲੈਣ ਗਿਆ ਤੇ CRP ਆ ਗਿਆ ਅੱਗੇ ਭੱਜ ਪਏ, ਪਤਾ ਨਹੀਂ ਕੀ ਇਹ ਬੰਬ ਛੱਡਣ ਲੱਗਾ। ਗੁਰੂ ਕਿਰਪਾ ਕਰੇ ਇਹੋ ਜਿਹੇ ਯੋਧੇ ਬਾਬਾ ਜਰਨੈਲ ਸਿੰਘ ਨੇ ਪੈਦਾ ਕੀਤੇ ਆ, ਚੱਲਦੇ ਫਿਰਦੇ ਬੰਬ। ਗੁਰੂ ਕਿਰਪਾ ਕਰੇ, ਕਵਿਤਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨ ਲੱਗਾ। ਸਿੰਘਾਂ ਨਾਲ ਵੈਰ ਨਾ ਕਮਾਈ ਵੀਰਿਆ, ਬੇਅੰਤ ਜਦੋਂ ਦਿਲ ਦੀ ਸੁਣਾਈ ਗੱਲ ਜੀ, ਵੇਖਿਆ ਸਜਣ ਨੇ ਸਜਣ ਵੱਲ ਜੀ, ਵੇਖਿਆ ਸਜਣ ਨੇ ਸਜਣ ਵੱਲ ਜੀ, ਸਿੱਖੀ ਨਾਲ ਦਗਾਣਾ ਕਮਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਬੇਅੰਤ ਜਦੋਂ ਦਿਲ ਦੀ ਸੁਣਾਈ ਗੱਲ ਜੀ, ਵੇਖਿਆ ਸਜਣ ਨੇ ਸਜਣ ਵੱਲ ਜੀ, ਵੇਖਿਆ ਸਜਣ ਨੇ ਸਜਣ ਵੱਲ ਜੀ, ਸਿੱਖੀ ਨਾਲ ਦਗਾਣਾ ਕਮਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਕਿਸੇ ਨਾ ਖੱਟਿਆ ਜਿਸ ਨੂੰ ਵੀ ਪੈ ਗਏ ਉਹਦਾ ਮੁੱਢ ਪੱਟਿਆ, ਜਿਸ ਨੂੰ ਵੀ ਪੈ ਗਏ ਉਹਦਾ ਮੁੱਢ ਪੱਟਿਆ, ਪਾਏ ਹੈ ਇਹਨਾਂ ਨੂੰ ਆਰਿਆ ਨਾ ਚੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਜਸ ਪਤਲ ਖੁਜਾ ਕਰੀਆਂ ਖਾਣਨੇ, ਜਸ ਪਤਲ ਖੁਜਾ ਕਰੀਆਂ ਖਾਣਨੇ, ਚੱਕਿਆ ਸਵਾਰ ਸੀ ਮਜੀਦ ਖਾਣਨੇ, ਚੱਕਿਆ ਸਵਾਰ ਸੀ ਮਜੀਦ ਖਾਣਨੇ, ਰੰਗਣ ਮਸੇ ਨੂੰ ਵੱਡ ਸਿਰੋਂ ਚੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਨਾਲ ਲੜ ਖੱਟਿਆ ਕੇ ਇੰਦਰਾ ਜੀ, ਆਪਣੇ ਹੀ ਰਾਜ ਦਾ ਤੁੜਾ ਗਈ ਜਿੰਦਰਾ, ਜੀ ਆਪਣੇ ਹੀ ਰਾਜ ਦਾ ਤੁੜਾ ਗਈ ਜਿੰਦਰਾ, ਮਾੜੀ ਕਰਨੀ ਦੀ ਮਾੜੀ ਹੀ ਅਖੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਸੂਰਿਆਂ ਨੇ ਗੋਲੀ ਨਾ ਦਬਾਇਆ ਦੱਬਣਾ, ਸੂਰਿਆਂ ਨੇ ਗੋਲੀ ਨਾ ਦਬਾਇਆ ਦੱਬਣਾ, ਸਿੰਘਾਂ ਨੇ ਤਾਂ ਦੁੱਖਾਂ ਵਿੱਚੋਂ ਦਾਰੂ ਲੱਭਣਾ, ਸਿੰਘਾਂ ਨੇ ਤਾਂ ਦੁੱਖਾਂ ਵਿੱਚੋਂ ਦਾਰੂ ਲੱਭਣਾ, ਮਾਰੇ ਗਾਣੀ ਜੀਦਾ ਬਾਜਾਂ ਵਾਲਾ ਪੀਰੀਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਮਾਰੇ ਸਰਕਾਰਾਂ ਦੇ ਨੀ ਸਿੰਘ ਮੁੱਕਦੇ, ਜੰਗਲਾਂ ਚ ਰਹਿੰਦੇ ਸਦਾ ਸ਼ੇਰ ਬੁੱਕਦੇ, ਜੰਗਲਾਂ ਚ ਰਹਿੰਦੇ ਸਦਾ ਸ਼ੇਰ ਬੁੱਕਦੇ, ਸਮਝੇ ਸਿੰਘਾਂ ਨੀ ਕੌਮ ਦੇ ਸਰੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ, ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰਿਆ। ਪਿੰਡ ਰੂੜੀ ਵਾਲੇ ਪਿੱਛੇ ਮੈਂ ਦੀਵਾਨ ਲਾਇਆ, ਸਾਡਾ ਇੱਕ ਰਿਸ਼ਤੇਦਾਰ ਬੈਠਾ ਸੀ, ਆਂਦਾ ਵੀ ਛੋਟਾ ਭਚੰਗੀ
बुड़कदा वड़ा कि झूमदा वड़ा है, नशा तो नहीं खाता कोई। उन्हें आख्या मेरा रिश्तेदार इन्हें कदे पचंगी ने चाह भी नहीं पीती, पर जेड़ी सानू बाणी तो तोड़िया जा रहा ना, ये दसम पातशाह दी बाणी बड़ी शरदा ना पढ़दा। गुरु कृपा करे, ये गुरु दी रहमत है, तुहाडियां असीसां, सतगुरु कृपा करे, इतना समा जिहड़ा दसां दा प्रवान करना सिखा। जदों तू सवेरे उठ के अपना मूंह वेखे ना, तेरे मूंह उत्ते गुरु गोबिंद सिंह दा बख्शिया दाड़ा होवे, तेरे सिर ते केस होण, तेरे केसां च कंघा होवे, तेरे सिर ते सुंदर दस्तार होवे, तेरे डौले विच सरबलो दा कड़ा होवे, तेरी ढाक उत्ते साहिबां दी बख्शी श्री साहब होवे, तेरे तेड़ जत्था दी निशानी गुरु गोबिंद सिंह दा बख्शिया कशहरा होवे, ते स्वास स्वास कलगियां वाला बैठा साडे हिरदे च नजर आवे, फिर खालसे दी तस्वीर मुकम्मल हुंदी है। ये सानू दरबार विचों ये दातां सबरां नू प्राप्त होण। तुहाड्या सारियां संगतां दा आईयां दा धन्नवाद, जिहड़ा तुसीं दमे बन्ने भरते आ ना, ये आने वाले जिहड़ा समा अगला साल जिहड़ा प्रोग्राम वो लीकिया तां ही आ भी जे इन्हां संगतां दा इकट्ठ होया, गुरु कृपा करे। अजय खेला साहब दस भी अजय गड्डिया का रुकन का बड़ा घट इतने इंतजाम आ, गांहू कोई होर प्रोग्राम जिथे गड्डिया भी खुले पंडाल च रुक सकन, गुरु कृपा करे। आओ एक चढ़ती कला का जयकारा, खुशियां का जयकारा, ते पुरातन सिंह वाला जयकारा, ते साडी आवाज श्री आनंदपुर साहब तक जाए भाई। करक जावे न्यार हो जावे सत श्री अकाल, चिट्टियां बाजां वाले सतगुरु रखियो दर्द बाणे दी लाज, वाहे गुरु जी की फतेह।